अपने अते अपने परिवारां दे चंगे भविख लई साडे पंजाब दे नौजवान लगातार विदेशां विच जा रहे हन तां जो ओह उत्थे जा के अपना अते अपने परिवार दा वधिया भविख बना सकन। पर कई बार चंगा भविख बनाने लई बाहर गए नौजवान वापस नहीं परतदे। कुछ जिहा मामला विधानसभा हल्के दे पिंड चुसदेवाड़ तो सामने आया है, जिथे सुखवंत सिंह नाम दा नौजवान अपने परिवार दी गरीबी दूर करन लई इटली गया सी। दस दईए कि सुखवंत सिंह उत्थे लोकां दे घरां विच काम करदा सी। जद ओह अपने काम तो वापस आ रहा सी तां रस्ते विच उसनूं दिल दा दौरा पै गया, जिस कारण उसदी मौत हो गई। हुण उसदे रिश्तेदारां वल्लों उसदी लाश भारत वापस लैण लई बेनती कीती जा रही है। ब्यूरो रिपोर्ट, अज दी आवाज़। ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਸੁਖਜੀਤ ਕੌਰ ਹੈ। ਮੈਂ ਸੁਖਵੰਤ ਸਿੰਘ ਦੀ ਭੈਣ ਹਾਂ। ਮੇਰਾ ਭਰਾ ਬਾਹਰ ਗਿਆ ਸੀ ਕੰਮ ਵਾਸਤੇ, ਪਰ ਰਸਤੇ ਵਿੱਚ ਜਾਂਦੇ ਜਾਂਦੇ ਕਈ ਮੁਸੀਬਤਾਂ ਦੇ ਨਾਲ ਅੱਪੜ ਵੀ ਗਏ ਨੇ, ਪਰ ਰਸਤੇ ਵਿੱਚ ਇਹਨੂੰ ਬੱਸ ਦੇ ਵਿੱਚ ਹੀ ਅਟੈਕ ਆ ਗਿਆ। ਪੰਜਾਬ ਸਰਕਾਰ ਅੱਗੇ ਮੈਂ ਅਪੀਲ ਕਰਦੀ ਹਾਂ, ਕੇਂਦਰ ਸਰਕਾਰ ਅੱਗੇ ਵੀ ਅਪੀਲ ਕਰਦੀ ਹਾਂ ਕਿ ਮੇਰੇ ਵੀਰ ਦੀ ਡੈਡ ਬੋਡੀ ਘਰ ਮਿਲ ਜਾਵੇ। ਅਸੀਂ ਤਾਂ ਬੜੇ ਗੁੰਮਨਾਮ ਹੋਏ ਹਾਂ, ਬਸ ਅੱਗੇ ਇਹੋ ਫਰਿਆਦ ਹੈ ਕਿ ਸਾਡੀ ਮਦਦ ਕੀਤੀ ਜਾਵੇ, ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਛੋਟੇ ਛੋਟੇ ਬੱਚੇ, ਉਹਨਾਂ ਦੀ ਰੋਜ਼ੀ ਦਾ ਕੋਈ ਰੁਜ਼ਗਾਰ ਨਹੀਂ ਹੈਗਾ, ਉਹਨਾਂ ਦੀ ਵੱਧ ਤੋਂ ਹੈਲਪ ਕੀਤੀ ਜਾਵੇ। ਬਸ ਇਹ ਮੇਰੀ ਅਰਦਾਸ ਉਹਨਾਂ ਦੇ ਅੱਗੇ, ਇਹ ਬੇਨਤੀ ਹੈ ਮੇਰੀ ਉਹਨਾਂ ਅੱਗੇ। ਭੈਣ ਜੀ, ਕੀ ਨਾਂ ਤੁਹਾਡਾ ਜੀ? ਲਵਜੀਤ ਕੌਰ। ਜਿਹੜੇ ਬਾਹਰ ਇਹਨਾਂ ਦੀ ਡੈਥ ਹੋਈ, ਕੀ ਲੱਗਦਾ ਸੀ ਤੁਹਾਡੇ? ਮੇਰੇ ਪਤੀ। ਕੀ ਨਾਂ ਸੀ ਉਹਨਾਂ ਦਾ? ਸੁਖਵੰਤ ਸਿੰਘ। ਕੀ ਗੱਲ ਹੋਈ ਭੈਣ ਜੀ ਉਹਨਾਂ ਨੂੰ? ਉਹਨਾਂ ਨੂੰ ਅਟੈਕ ਹੀ ਹੋਇਆ, ਬਲੱਡ ਜ਼ਿਆਦਾ ਵੱਧ ਗਿਆ, ਅਤੇ ਦਿਲ 'ਤੇ ਜ਼ਿਆਦਾ ਦਰਦ ਹੁੰਦੀ, ਨਾਲ ਹੀ ਅਟੈਕ ਹੋ ਗਿਆ। ਰੋਜ਼ੀ ਰੋਟੀ ਵਾਸਤੇ ਬਾਹਰ ਗਏ? ਹਾਂਜੀ। ਕਿੰਨੇ ਦਿਨ ਹੋ ਗਏ ਡੈਥ ਹੋਈ? 20 ਦਿਨ। ਕੀ ਮੰਗ ਕਰਦੇ ਤੁਸੀਂ? ਮੰਗੇ ਹੋਈ ਸਰਕਾਰ ਕੋਲ ਕਿ ਡੈਡ ਬੋਡੀ ਇੱਧਰ ਲੈਂਦੀ ਜਾਵੇ।